ਭਾਰਤ ਨੂੰ ਇੱਕ ਲੋਕਤੰਤਰਿਕ ਦੇਸ਼ ਕਿਹਾ ਜਾਂਦਾ ਆ, ਪਰ ਇਸ ਕੇਂਦਰ ਸਰਕਾਰ ਦਾ ਜਿਹੜਾ ਅੜੀਅਲ ਰਵੱਈਆ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਅੜੀਅਲ ਰਵੱਈਆ ਹੀ ਆ ਸਰਕਾਰ ਦਾ ਕਿ 6 ਮਹੀਨੇ ਹੋ ਗਏ ਇਸ ਗੂੰਗੀ ਸਰਕਾਰ ਦੇ ਕੰਨ ਤੇ ਜੂਣ ਹੀ ਸਰਕੀ। ਕਿਤੇ ਵੋਟਾਂ ਲੈਣੀਆਂ ਹੁੰਦੀਆਂ, ਮੈਂ ਕਹਿੰਦੀ ਹਾਂ ਨਾ ਜਿਹੜੇ ਸਾਡੇ MLA MP ਆ, ਜੇ ਮੈਂ ਐਂ ਕਹਿ ਦਾ ਨਾ ਸਾਡੇ ਘਰ ਦਾ ਗੋਹਾ ਸੁੱਟ ਜਾਓ, ਸਾਡੇ ਕੱਪੜੇ ਧੋ ਜਾਓ, ਉੱਦਣ ਤਾਂ ਉਹ ਵੀ ਕਰਨਗੇ। ਸਾਡੀ ਜਿਹੜੀ ਆਮ ਜਨਤਾ, ਇਹਨਾਂ ਨੂੰ ਕੋਈ ਨਾ ਕੋਈ ਲਾਲਚ ਦੇ ਕੇ ਲੁੱਟਦੀਆਂ ਨੇ ਇਹ ਸਰਕਾਰਾਂ, ਹੋਰ ਕੁਛ ਨਹੀਂ। ਪਰ ਮੋਦੀ ਸਰਕਾਰ ਨੂੰ ਇਹ ਚੀਜ਼ ਦੇਖ ਲੈਣੀ ਚਾਹੀਦੀ ਹੈ ਕਿ ਤੂੰ 10 ਸਾਲ ਤਾਂ ਜ਼ਰੂਰ ਕੱਟ ਲਏ, 8 ਸਾਲ ਕੱਟ ਲਏ, ਪਰ ਜਿਹੜੀ ਜਨਤਾ ਨੇ ਤੈਨੂੰ ਕੁਰਸੀ 'ਤੇ ਬਿਠਾਇਆ ਨਾ, ਉਹੀ ਕੁਰਸੀ ਹੁਣ ਤੇਰੀ ਮੁੱਧੀ ਵੱਜਣੀ ਸ਼ੁਰੂ ਹੋ ਚੁੱਕੀ ਆ। ਉਹਦੇ ਨਤੀਜੇ ਆ ਜਿਹੜੇ ਬੰਗਾਲ ਅਤੇ UP ਦੇ ਵਿੱਚੋਂ ਆ ਚੁੱਕੇ ਆ, ਜਿੱਥੇ BJP ਬੁਰੀ ਤਰ੍ਹਾਂ ਹਾਰੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਅਮਨਦੀਪ ਸਿੰਘ ਗੜੀ, ਤੁਸੀਂ ਦੇਖ ਰਹੇ ਹੋ ਸਿੱਖ ਸਿਆਸਤ ਚੈਨਲ। ਸੋ ਜਿੱਥੇ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਚੱਲ ਰਿਹਾ ਹੈ, ਉੱਥੇ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਲੋਕ ਜਿਹੜੇ ਆ ਸੰਘਰਸ਼ ਕਰ ਰਹੇ ਆ। ਸੋ ਅੱਜ ਆਪਾਂ ਪਹੁੰਚੇ ਹਾਂ ਚੰਡੀਗੜ੍ਹ ਮਟਕਾ ਚੌਂਕ ਦੇ ਵਿੱਚ, ਇੱਥੇ ਸਾਡੀਆਂ ਭੈਣਾਂ ਜਿਹੜੀਆਂ ਉਹ ਵੀ ਸੰਘਰਸ਼ ਕਰ ਰਹੀਆਂ ਆ। ਜਦੋਂ ਦਾ ਸੰਘਰਸ਼ ਸ਼ੁਰੂ ਹੋਇਆ, ਨੌਜਵਾਨਾਂ, ਬਜ਼ੁਰਗਾਂ, ਭੈਣਾਂ ਨੇ ਸਾਡਾ ਪ੍ਰੋਪਰ ਸਾਥ ਦਿੱਤਾ ਆ, ਸਾਡੇ ਨਾਲ ਪ੍ਰੋਪਰ ਚੱਲੇ ਆ। ਸੰਘਰਸ਼ ਚਾਹੇ ਜਿੰਨਾ ਮਰਜ਼ੀ ਲੰਬਾ ਹੋ ਚੁੱਕਿਆ ਆ। ਸੋ ਆ ਜਾਓ ਆਪਾਂ ਇਸ ਭੈਣ ਦੇ ਨਾਲ ਮਿਲਦੇ ਹਾਂ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਘਰਸ਼ ਜਿਹੜਾ ਕਾਫੀ ਲੰਬਾ ਚੱਲ ਰਿਹਾ, ਕਾਫੀ ਉਤਰਾਅ ਚੜ੍ਹਾਅ ਆ ਸੰਘਰਸ਼ ਦੇ ਵਿੱਚ, ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ? ਜਿਹੜਾ ਜਿਹਦਾ ਨਾਂ ਹੀ ਸੰਘਰਸ਼ ਆ, ਕਹਿੰਦੇ ਹੁੰਦੇ ਆ ਸੰਘਰਸ਼ ਕਦੀ ਛੋਟੇ ਵੱਡੇ ਨਹੀਂ ਹੁੰਦੇ। ਉਹ ਜਿੰਨਾ ਚਿਰ ਸਾਡੇ ਕੁਰਸੀ 'ਤੇ ਬੈਠੇ ਜਿਹੜੇ ਹਾਕਮ ਆ, ਉਹ ਨਹੀਂ ਮੰਨੂਗਾ ਸੰਘਰਸ਼, ਭਾਵੇਂ 2 ਸਾਲ ਚੱਲੇ, ਭਾਵੇਂ 4 ਸਾਲ ਇੱਦੂ ਪਿਛਲੇ ਤੁਸੀਂ ਸੰਘਰਸ਼ ਚੱਕ ਕੇ ਦੇਖ ਲਓ, ਕੋਈ ਸੰਘਰਸ਼ ਕਦੀ ਛੋਟੇ ਵੱਡੇ ਨਹੀਂ ਹੁੰਦੇ। ਜਿੰਨੀ ਦੇਰ ਤੱਕ ਸਾਡੇ ਹੱਕ ਆ ਜਿਹੜੇ ਸਰਕਾਰਾਂ ਤੋਂ ਹੱਕ ਜਿਹੜੇ ਉਹ ਮੰਗੇ ਨਹੀਂ ਜਾਂਦੇ, ਖੋਏ ਜਾਂਦੇ ਆ, ਜਿੰਨੀ ਦੇਰ ਤੱਕ ਉਹ ਸਾਡੇ ਹੱਕ ਸਾਨੂੰ ਸਾਡੇ ਨਹੀਂ ਦਿੰਦੇ, ਅਸੀਂ ਬੈਠੇ ਹਾਂ, ਸੰਘਰਸ਼ ਚੱਲੀ ਜਾਊਗਾ ਭਾਵੇਂ ਉਹ ਛੋਟਾ, ਜੋ ਮਰਜ਼ੀ ਇਤਰਾਅ ਚੜ੍ਹਾਉਣ, ਸੰਘਰਸ਼ ਤਾਂ ਲੜਨਾ ਹੀ ਪੈਣਾ ਸਾਨੂੰ। ਭਾਰਤ ਨੂੰ ਇੱਕ ਲੋਕਤੰਤਰਿਕ ਦੇਸ਼ ਕਿਹਾ ਜਾਂਦਾ ਆ, ਪਰ ਇਸ ਕੇਂਦਰ ਸਰਕਾਰ ਦਾ ਜਿਹੜਾ ਅੜੀਅਲ ਰਵੱਈਆ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਅੜੀਅਲ ਰਵੱਈਆ ਹੀ ਆ ਸਰਕਾਰ ਦਾ ਕਿ 6 ਮਹੀਨੇ ਹੋ ਗਏ ਇਸ ਗੂੰਗੀ ਸਰਕਾਰ ਦੇ ਕੰਨ 'ਤੇ ਜੂਣ ਹੀ ਸਰਕੀ। ਪਰ ਮੋਦੀ ਸਰਕਾਰ ਨੂੰ ਇਹ ਚੀਜ਼ ਦੇਖ ਲੈਣੀ ਚਾਹੀਦੀ ਹੈ ਕਿ ਤੂੰ 10 ਸਾਲ ਤਾਂ ਜ਼ਰੂਰ ਕੱਟ ਲਏ, 8 ਸਾਲ ਕੱਟ ਲਏ, ਪਰ ਜਿਹੜੀ ਜਨਤਾ ਨੇ ਤੈਨੂੰ ਕੁਰਸੀ 'ਤੇ ਬਿਠਾਇਆ ਨਾ, ਉਹੀ ਕੁਰਸੀ ਹੁਣ ਤੇਰੀ ਮੁੱਧੀ ਵੱਜਣੀ ਸ਼ੁਰੂ ਹੋ ਚੁੱਕੀ ਆ। ਉਹਦੇ ਨਤੀਜੇ ਆ ਜਿਹੜੇ ਬੰਗਾਲ ਅਤੇ UP ਦੇ ਵਿੱਚੋਂ ਆ ਚੁੱਕੇ ਆ, ਜਿੱਥੇ BJP ਬੁਰੀ ਤਰ੍ਹਾਂ ਹਾਰੀ ਆ। ਔਰ ਇਹ ਸਰਕਾਰਾਂ, ਸੱਚੀ ਗੱਲ ਆ, ਜਿੱਦਣ ਕਿਤੇ ਵੋਟਾਂ ਲੈਣੀਆਂ ਹੁੰਦੀਆਂ ਨੇ ਲੋਕਤੰਤਰ, ਸਾਡੇ ਜਿੱਦਣ ਕਿਤੇ ਵੋਟਾਂ ਲੈਣੀਆਂ ਹੁੰਦੀਆਂ, ਮੈਂ ਕਹਿੰਦੀ ਹਾਂ ਨਾ ਜਿਹੜੇ ਸਾਡੇ MLA MP ਆ, ਜੇ ਮੈਂ ਐਂ ਕਹਿ ਦਾ ਨਾ ਸਾਡੇ ਘਰ ਦਾ ਗੋਹਾ ਸੁੱਟ ਜਾਓ, ਸਾਡੇ ਕੱਪੜੇ ਧੋ ਜਾਓ, ਉੱਦਣ ਤਾਂ ਉਹ ਵੀ ਕਰਨਗੇ, ਪਰ ਜਦੋਂ ਇਹ ਕੁਰਸੀਆਂ 'ਤੇ ਬਹਿ ਜਾਂਦੇ ਆ ਉਦੋਂ ਉਹਦਾ ਬਹੁਤ ਗਲਤ ਯਾਨੀ ਕਿ ਜਿਹੜਾ ਫਾਇਦਾ ਲੈਂਦੇ ਆ। ਪਰ ਸਾਡੀ ਜਿਹੜੀ ਆਮ ਜਨਤਾ, ਇਹਨਾਂ ਨੂੰ ਕੋਈ ਨਾ ਕੋਈ ਲਾਲਚ ਦੇ ਕੇ ਲੁੱਟਦੀਆਂ ਨੇ ਇਹ ਸਰਕਾਰਾਂ, ਹੋਰ ਕੁਛ ਨਹੀਂ। ਸੰਘਰਸ਼ ਜਿਹੜਾ ਇੱਕ ਵੇਲਾ ਅਜਿਹਾ ਸੀਗਾ ਜਦੋਂ ਸੰਘਰਸ਼ ਆਪਣੇ ਪੂਰੇ ਜੋਵਨ ਦੇ ਉੱਤੇ ਸੀਗਾ, ਕਾਫੀ ਲੋਕ ਦਿੱਲੀ ਦੇ ਵਿੱਚ ਇਕੱਠੇ ਵੀ ਹੋਏ ਸੀਗੇ, ਪਰ ਹੁਣ 3-4 ਮਹੀਨੇ ਦੇਖਿਆ ਜਾਵੇ ਸੰਘਰਸ਼ ਜਿਹੜਾ ਥੋੜਾ ਮੱਠਾ ਪੈ ਚੁੱਕਿਆ ਆ, ਬਹੁਤ ਸਾਰੇ ਉਤਰਾਵ ਚੜ੍ਹਾਏ ਆ, ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ, ਕੋਈ 26 ਤੋਂ ਬਾਅਦ ਲੋਕ ਕਹਿੰਦੇ ਸੀ ਸੰਘਰਸ਼ ਖਤਮ ਹੋ ਗਿਆ, ਪਰ ਮੇਰਾ ਮੰਨਣਾ ਤੇ ਹੈ ਕਿ ਸੰਘਰਸ਼ ਸ਼ੁਰੂ ਹੀ 26 ਤੋਂ ਬਾਅਦ ਹੋਇਆ। 26 ਤੋਂ ਬਾਅਦ ਕੋਈ ਗੱਲ ਨਹੀਂ, ਜਿਹੜੇ ਸੰਘਰਸ਼ ਹੁੰਦੇ ਉਹਨਾਂ 'ਚ ਉਤਰਾਅ ਚੜ੍ਹਾਅ ਆਉਂਦੇ ਹੁੰਦੇ ਆ, ਪਰ ਰਸ਼ ਘਟਣਾ ਜਾਂ ਵਧਣਾ, ਦੇਖੋ ਕਈ ਵਾਰੀ ਇਹ ਚੀਜ਼ਾਂ ਹੁੰਦੀਆਂ ਨੇ, ਹਰ ਕਿਸੇ ਦੀਆਂ ਘਰ ਦੀਆਂ ਪ੍ਰੋਬਲਮਸ ਹੁੰਦੀਆਂ ਨੇ, ਪਰ ਮੈਂ ਕਈ ਦਿਨਾਂ ਤੋਂ ਦੇਖ ਰਹੀ ਹਾਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਲੋਕ ਜਾ ਰਹੇ ਆ, ਮੇਰੀ ਗੱਲ ਵੀ ਹੁੰਦੀ ਆ ਬਹੁਤ ਲੋਕਾਂ ਦੇ ਨਾਲ, ਸਾਡੇ ਵੀਰ ਭੈਣ ਜਿਹੜੇ ਉੱਥੇ ਬੈਠੇ ਆ ਉਹਨਾਂ ਨੂੰ ਪੁੱਛੀਦਾ ਕਿ ਰਸ਼ ਦਾ ਕੀ ਫਰਕ ਪਿਆ, ਉਹ ਕਹਿੰਦੇ ਕੋਈ ਫਰਕ ਨਹੀਂ ਪਿਆ, ਬਸ ਗਰਮੀ ਕਰਕੇ। ਕਈ ਵਾਰੀ ਇਹ ਹੁੰਦਾ ਕਿ ਲੋਕ ਗਰਮੀ ਕਰਕੇ ਜਿਵੇਂ 2-3 ਘੰਟੇ ਅੰਦਰ ਬੈਠੇ ਹੁੰਦੇ ਆ ਤਾਂ ਲੋਕਾਂ ਨੂੰ ਇਹ ਲੱਗ ਜਾਂਦਾ ਰਸ਼ ਘੱਟ ਗਿਆ, ਕੋਈ
ਕੋਈ ਰਸ਼ ਨਹੀਂ ਘਟਿਆ, ਰਸ਼ ਆਪਦੇ ਜ਼ੋਰਾਂ 'ਤੇ ਆ। ਅੱਜ ਮੈਂ ਇੱਕ ਵੀਡੀਓ ਦੇਖੀ ਸੀ, ਉਹ 'ਚ ਜਲੰਧਰ ਜ਼ਿਲ੍ਹੇ ਦੇ ਵਿੱਚੋਂ 70 ਟਰਾਲੀਆਂ ਆਈਆਂ, ਅਤੇ ਜਿਹੜੀਆਂ 70 ਟਰਾਲੀਆਂ ਆਈਆਂ ਉਹਦੇ ਵਿੱਚ 10-10 ਕਰਕੇ ਕਿੰਨੇ ਬੰਦੇ ਆਏ ਹੋਣਗੇ। ਨਹੀਂ, ਰਸ਼ ਕੋਈ ਰਸ਼ ਨਹੀਂ ਘਟਦਾ, ਕੋਈ ਕੁਛ ਨਹੀਂ, ਦਬਾਅ ਸਰਕਾਰ 'ਤੇ ਪੂਰਾ ਹੈ, ਪਰ ਜਿਹੜੇ ਗੂੰਗੇ ਬੰਦੇ ਨੂੰ ਬੁਲਾਉਣਾ ਨਾ, ਉਹਦੇ ਲਈ ਇਲਾਜ ਤਾਂ ਲੱਭਣਾ ਪਊਗਾ ਗੂੰਗੀਆਂ ਸਰਕਾਰਾਂ ਨੂੰ ਬੁਲਾਉਣ ਦੇ ਲਈ। ਸਰਕਾਰ ਜਿਹੜੀ ਉਹ ਵੱਖਰੇ ਵੱਖਰੇ ਪੈਂਤੜੇ ਅਪਣਾ ਲਈ ਆ ਮੋਰਚੇ ਨੂੰ ਫੇਲ ਕਰਨ ਦੇ ਲਈ, ਇਸ ਬਾਰੇ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਵੇਂ ਕਿ ਖੱਟਰ ਸਰਕਾਰ ਨੇ ਕਿਹਾ ਸੀ ਕਿ ਆਪਰੇਸ਼ਨ ਕਲੀਨ, ਇਹ ਗੱਲ ਕਹੀ ਸੀ ਖੱਟਰ ਸਰਕਾਰ, ਆਪਰੇਸ਼ਨ ਕਲੀਨ ਤਾਂ ਹੀ ਕਹਿ ਰਹੀ ਆ। ਮੈਂ ਇਹ ਗੱਲ ਕਹਿੰਦੀ ਹਾਂ ਖੱਟਰ ਨੂੰ ਵੀ ਤੂੰ ਹਰਿਆਣੇ ਦੇ ਵਿੱਚ ਕਿਤੇ ਰੈਲੀ ਕਰਕੇ ਹੀ ਦਿਖਾ ਦੇ, ਤੈਨੂੰ ਇਸ ਚੀਜ਼ ਤੋਂ ਹੀ ਪਤਾ ਲੱਗ ਜੂਗਾ ਵੀ ਤੂੰ ਸਾਡੇ ਧਰਨੇ ਨੂੰ ਚੱਕਣ ਦੀ ਔਕਾਤ ਰੱਖਦਾ ਕਿ ਨਹੀਂ ਰੱਖਦਾ। ਬਾਕੀ ਦਿੱਲੀ ਬੈਠੇ ਧਰਨਾ ਚੱਕਣਾ ਤਾਂ ਦੂਰ ਦੀ ਗੱਲ, ਤੁਸੀਂ ਦਿੱਲੀ ਜਾ ਕੇ ਵੜ ਕੇ ਹੀ ਦਿਖਾ ਦਿਓ ਉਸ ਥਾਂ 'ਤੇ ਜਿੱਥੇ ਸਾਡੇ ਕਿਸਾਨ ਬੈਠੇ ਆ, ਤੁਹਾਨੂੰ ਤੁਹਾਡੀ ਔਕਾਤ ਦਿਖਾ ਦੇਣਗੇ ਉਹ। ਔਰ ਇਹ ਸਰਕਾਰਾਂ ਬਿਲਕੁਲ ਧਰਨੇ ਕਿਸ ਕਹਿੰਦੇ ਹੁੰਦੇ ਆ, ਜਿਹੜਾ ਕਰੋਨਾ ਨੂੰ ਲੈ ਕੇ ਵੀ ਇਹ ਲੁੱਟ ਰਹੇ ਆ ਸਾਨੂੰ, ਕਿਸ ਅਸੀਂ ਇਹ ਗੱਲ ਕਹਿੰਦੇ ਕਰੋਨਾ ਤਾਂ ਬਹਾਨਾ ਹੈ, ਕਿਸਾਨ ਅੰਦੋਲਨ ਨਿਸ਼ਾਨਾ। ਜੋ ਵੀ ਅੱਜ ਸਰਕਾਰਾਂ ਕਰ ਰਹੀਆਂ ਨੇ ਨਾ, ਕਰੋਨਾ ਦੇ ਨਾਂ 'ਤੇ ਆਹ ਕਰ ਰਿਹਾ, ਉਹ ਕਰ ਰਿਹਾ, ਇੱਥੇ ਕਰੋਨਾ ਫੈਲ ਰਿਹਾ। ਜਦੋਂ ਬੰਗਾਲ ਇਲੈਕਸ਼ਨ ਸੀ ਉਦੋਂ ਤਾਂ ਕਰੋਨਾ ਹੈ ਨਹੀਂ ਸੀ, ਰਾਤ ਨੂੰ 5 ਤੋਂ ਸਵੇਰੇ 5 ਵਜੇ ਤੱਕ ਲੋਕਡਾਊਨ ਆ, ਕੀ ਉਦੋਂ ਕਰੋਨਾ ਆਉਂਦਾ ਅਤੇ ਦਿਨ ਵੇਲੇ ਕਰੋਨਾ ਕਿੱਥੇ ਚਲੇ ਜਾਂਦਾ? ਜਿੱਦਣ ਇਹਨਾਂ ਦੇ ਕਿਸੇ ਮੰਤਰੀਆਂ ਦੀਆਂ ਕਾਨਫਰੰਸਾਂ ਹੋਣੀਆਂ ਹੁੰਦੀਆਂ, ਜਦੋਂ ਕਿਤੇ ਇਹਨਾਂ ਦੀਆਂ ਕੋਈ ਕੁਛ ਵੀ ਹੋਣਾ ਹੁੰਦਾ, ਉੱਥੇ ਕਰੋਨਾ ਨਹੀਂ ਹੈਗਾ। ਜਿੱਥੇ ਸਾਡੇ ਕਿਸਾਨ ਖੜ੍ਹੇ ਉੱਥੇ ਹੀ ਕਰੋਨਾ। 32 ਜਥੇਬੰਦੀਆਂ ਮੋਹਰੇ ਹੋ ਕੇ ਆਪਣੀ ਜਿਹੜੀ ਅਗਵਾਈ ਕਰ ਰਹੀਆਂ, ਆਪਣੀ ਜ਼ਿੰਮੇਵਾਰੀ ਨਿਭਾ ਰਹੀਆਂ, ਤੁਸੀਂ 32 ਜਥੇਬੰਦੀਆਂ ਅਤੇ ਸਾਰੇ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਸੰਘਰਸ਼ ਆ ਜਿੱਤ ਦੇ ਵੱਲ ਵੱਧ ਸਕੇ? ਮੈਂ ਸਾਡੀਆਂ ਜਥੇਬੰਦੀਆਂ ਨੂੰ ਅਤੇ ਸਾਰੇ ਜਿਹੜੇ ਸਾਡੇ ਨੌਜਵਾਨ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ ਕਿ ਵੀਰ ਮੇਰਿਓ, ਇਹ ਏਕੇ ਦਾ ਟਾਈਮ ਆ, ਸਾਰੇ ਜਣੇ ਏਕਾ ਦਿਖਾਓ, ਕਿਉਂਕਿ ਜਿਹੜਾ ਸੰਘਰਸ਼ ਆ ਉਹ ਕਿਸੇ ਇੱਕ ਬੰਦੇ ਤੋਂ ਨਹੀਂ ਜਿੱਤਿਆ ਜਾਣਾ, ਨਾ ਇਕੱਲੇ 32 ਜਥੇਬੰਦਿਆਂ ਦੇ ਜਿਹੜੇ ਜਥੇਦਾਰ ਬੈਠੇ ਉਹਨਾਂ ਕਰਕੇ ਜਿੱਤਿਆ ਜਾਣਾ ਵੀਰ ਮੇਰੇ। ਸੰਘਰਸ਼ ਸਾਡੇ ਨੌਜਵਾਨਾਂ ਦਾ, ਬਜ਼ੁਰਗਾਂ ਦਾ, ਸਭ ਦਾ ਸੰਘਰਸ਼ ਹੈ, ਅਤੇ ਜਿਹੜੇ ਸਾਡੇ ਉਹ ਜਥੇਬੰਦੀਆਂ ਬਜ਼ੁਰਗ ਉੱਥੇ ਬੈਠੇ ਆ ਨਾ, ਉਹ ਵੀ ਸਾਡੇ ਫਿਊਚਰ ਲਈ ਬੈਠੇ ਆ, ਉਹਨਾਂ ਦਾ ਜੋ ਹੋਸ਼ ਅਤੇ ਸਾਡਾ ਨੌਜਵਾਨਾਂ ਦਾ ਜੋਸ਼ ਆ ਜਿਹੜਾ, ਉਹਨੂੰ ਜਗਾਓ। ਜਾਗਦੀਆਂ ਜ਼ਮੀਰਾਂ ਵਾਲਿਓ, ਘਰਾਂ ਤੋਂ ਬਾਹਰ ਆਓ, ਦਿੱਲੀ ਜਾ ਕੇ ਬੈਠੋ, ਸਾਡੇ ਜਿੱਥੇ ਧਰਨੇ ਲੱਗਦੇ ਉੱਥੇ ਜਾ ਕੇ ਆਪਦਾ ਯੋਗਦਾਨ ਪਾਓ, ਤਾਂ ਜੋ ਇਸ ਸਰਕਾਰ ਦੇ ਉੱਤੇ ਪ੍ਰੈਸ਼ਰ ਬਣ ਸਕੇ। ਔਰ ਇਹ ਸਰਕਾਰਾਂ ਬੋਲਣ, ਗੂੰਗੀਆਂ ਬੋਲੀਆਂ ਸਰਕਾਰਾਂ, ਸਾਡੇ ਕਾਲੇ ਕਾਨੂੰਨ ਆ ਜਿਹੜੇ ਉਹ ਰੱਦ ਕਰਨ, ਅਤੇ ਸਾਡੇ ਵੀਰ ਭੈਣ ਸਾਰੇ ਖੁਸ਼ੀ ਦੇ ਨਾਲ ਆਪਦੇ ਘਰਾਂ ਨੂੰ ਵਾਪਸ ਆਉਣ ਅਤੇ ਆਪਦੇ ਪਰਿਵਾਰਾਂ ਦੇ ਵਿੱਚ ਆ ਕੇ ਬੈਠਣ। ਧੰਨਵਾਦ ਜੀ। ਸੋ ਇਹ ਸਨ ਸਾਡੇ ਮਟਕਾ ਚੌਂਕ ਦੇ ਇੱਕ ਭੈਣ ਸਾਨੂੰ ਮਿਲੇ ਸੀ, ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ। ਸੋ ਇਹਨਾਂ ਨੇ ਸਾਰੇ ਨੌਜਵਾਨਾਂ ਨੂੰ, ਪੰਜਾਬ ਵਾਸੀਆਂ ਨੂੰ, ਜੋ ਵੀ ਪੂਰੇ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦਿੱਤਾ ਆ ਕਿ ਜਿਹੜੇ ਕਾਲੇ ਕਾਨੂੰਨ ਜਿਹੜੇ ਇਕੱਲੇ ਕਿਸਾਨ ਵਿਰੋਧੀ ਨਹੀਂ ਹੈਗੇ ਆ, ਇਹ ਆਮ ਲੋਕਾਈ ਦੇ, ਮਜ਼ਦੂਰ ਵਰਗ ਦੇ, ਹਰੇਕ ਵਰਗ ਦੇ ਜਿਹੜੇ ਵਿਰੋਧੀ ਹੈਗੇ ਆ। ਸੋ ਅਸੀਂ ਇਹੀ ਆਸ ਕਰਦੇ ਇਸ ਵਿਪਤਾ ਦੇ ਸਮੇਂ ਦੇ ਵਿੱਚ ਜਿਹੜਾ ਇਹ ਸਰਕਾਰ ਨੂੰ ਜਿਹੜੇ ਆ ਕਾਲੇ ਕਾਨੂੰਨ ਜਿਹੜੇ ਆ ਵਾਪਸ ਲੈ ਲੈਣੇ ਚਾਹੀਦੇ, ਕਿਸਾਨਾਂ ਪਰੋਂ ਜਿਹੜੀ ਵਿਪਤਾ ਜਲਦ ਤੋਂ ਜਲਦ ਜਿਹੜੀ ਟਲਣੀ ਚਾਹੀਦੀ, ਮਸਲੇ ਦਾ ਜਿਹੜਾ ਹੱਲ ਹੋਣਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਚਰਨ ਕਮਲ ਸਿੰਘ ਮਾਨ ਦੇ ਨਾਲ ਅਮਨਦੀਪ ਸਿੰਘ ਗੜੀ, ਧੰਨਵਾਦ।
ਹੋਵੇਗਾ।